ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਬਣਾ ਰਹੇ ਹਾਂ ਜੀ ਬੂੰਦੀ, ਜਿਹੜੀ ਕਿ ਮਿੰਟ 'ਚ ਬਣ ਕੇ ਤਿਆਰ ਹੋ ਜਾਂਦੀ ਹੈ। ਕੋਈ ਇਹਦੇ ਵਿੱਚ ਵਾਲੀ ਮਿਹਨਤ ਨਹੀਂ ਕਰਨੀ ਪੈਂਦੀ। ਗਰਮੀਆਂ ਦਾ ਮੌਸਮ ਆ ਗਿਆ, ਦਹੀਂ ਵਿੱਚ ਬੂੰਦੀ ਪਾ ਕੇ ਖਾਣਾ ਹਰ ਕੋਈ ਪਸੰਦ ਕਰਦਾ ਹੈ। ਅਤੇ ਚਲੋ ਜੀ, ਆਪਾਂ ਤੁਹਾਨੂੰ ਦੱਸਦੇ ਹਾਂ ਆਪਾਂ ਇਹਦੇ ਵਾਸਤੇ ਕਿੰਨਾ ਬੇਸਣ ਲੈਣਾ ਅਤੇ ਕੀ ਕੁਛ ਇਹਦੇ ਵਿੱਚ ਪਾਉਣਾ ਹੈਗਾ। ਕੌਲੀ ਲੈਤੀ ਜੀ ਆਪਾਂ ਬੇਸਣ ਦੀ, ਅਤੇ ਇਹਨੂੰ ਆਪਾਂ ਬੇਸਣ ਦਾ ਘੋਲ ਤਿਆਰ ਕਰ ਦਿਆਂਗੇ। ਤਾਂ ਇੱਕ ਹੀ ਕੌਲੀ ਲੈਤੀ ਆਪਾਂ ਪਾਣੀ ਦੀ, ਜਿੰਨਾ ਜਿੰਨਾ ਆਪਾਂ ਨੂੰ ਲੋੜ ਪਊਗਾ ਆਪਾਂ ਪਾਣੀ ਇਹਦੇ ਵਿੱਚ ਪਾਉਂਦੇ ਰਹਾਂਗੇ। ਬੇਸਣ ਨੂੰ ਆਪਾਂ ਛਾਣ ਕੇ ਰੱਖ ਲਿਆ ਸੀਗਾ। ਜਿਹੜਾ ਆਪਾਂ ਇਹਦਾ ਘੋਲ ਬਣਾਉਣਾ ਨਾ, ਆਪਾਂ ਨਾ ਹੀ ਵਾਲਾ ਪਤਲਾ ਬਣਾਉਣਾ ਅਤੇ ਨਾ ਹੀ ਵਾਲਾ ਗਾੜਾ ਬਣਾਉਣਾ। ਅਤੇ ਇਹਨੂੰ ਐਂ ਆਪਾਂ ਚੰਗੀ ਤਰ੍ਹਾਂ ਹਿਲਾਉਂਦੇ ਰਹਾਂਗੇ ਬੇਸਣ ਨੂੰ, ਤਾਂ ਜੋ ਇਹਦੇ ਵਿੱਚ ਕੋਈ ਵੀ ਗੁਤਲੀ ਵਗੈਰਾ ਨਾ ਪਵੇ। ਇੱਕ ਚਮਚਾ ਆਪਾਂ ਇਹਦੇ ਵਿੱਚ ਨੋਰਮਲ ਚਮਚਾ ਹੁੰਦਾ ਜਿਹੜਾ, ਇੱਕ ਘਿਓ ਦਾ ਪਾ ਦਿੰਦੇ ਹਾਂ। ਚੰਗੀ ਤਰ੍ਹਾਂ ਬੇਸਣ ਨੂੰ ਮਿਕਸ ਕਰ ਦਿੰਦੇ ਹਾਂ ਜੀ ਆਪਾਂ। ਜਿਹੜੀ ਆਪਾਂ ਘਰੇ ਬੂੰਦੀ ਬਣਾਉਂਦੇ ਹਾਂ, ਇੱਕ ਕੌਲੀ ਦੇ ਵਿੱਚ ਕਾਫੀ ਸਾਰੀ ਬੂੰਦੀ ਬਣ ਕੇ ਤਿਆਰ ਹੋ ਜਾਂਦੀ ਹੈ। ਜਿਹੜੀ ਆਪਾਂ ਬਾਜ਼ਾਰ 'ਚੋਂ ਲੈ ਕੇ ਆਉਂਦੇ ਹਾਂ, ਬਾਜ਼ਾਰ ਵਾਲੀ ਬੂੰਦੀ ਆਪਾਂ ਨੂੰ ਥੋੜ੍ਹੀ ਜਿਹੀ ਮਹਿੰਗੀ ਵੀ ਮਿਲਦੀ ਹੈ। ਅਤੇ ਘਰੇ ਆਪਾਂ ਬਿਨਾਂ ਮਿਹਨਤ ਤੋਂ ਅਤੇ ਬਿਨਾਂ ਕੋਈ ਖਰਚੇ ਤੋਂ ਹੀ ਮਿੰਟਾਂ 'ਚ ਬਣਾ ਕੇ ਤਿਆਰ ਕਰ ਲੈਂਦੇ ਹਾਂ। ਕੋਈ ਆਪਾਂ ਨੂੰ ਬਾਹਰੀਆਂ ਚੀਜ਼ਾਂ ਦੀ ਲੋੜ ਵੀ ਨਹੀਂ ਪੈਂਦੀ। ਲਓ ਜੀ, ਆਪਾਂ ਨਾ ਇੰਨਾ ਬੇਸਣ ਗਾੜਾ ਰੱਖਣਾ, ਆ ਦੇਖੋ ਨਾ ਹੀ ਵਾਹਲਾ ਪਤਲਾ ਅਤੇ ਨਾ ਹੀ ਵਾਹਲਾ ਗਾੜਾ। ਦੇਖੋ ਜਦੋਂ ਆਪਾਂ ਇਹਨੂੰ ਐਂ ਕਰਦੇ ਹਾਂ, ਬਿਲਕੁਲ ਇਹਦੀ ਤਾਰ ਇਸ ਤਰ੍ਹਾਂ ਹੀ ਬਣੀ ਰਹਿੰਦੀ ਹੈ। ਇਹੋ ਜਿਹੀ ਆਪਾਂ ਬੇਸਣ ਰੱਖਣਾ ਹੈਗਾ। ਬੇਸਣ ਆਪਾਂ ਘੋਲ ਲਿਆ ਅਤੇ ਇਹਨੂੰ ਆਪਾਂ 10 ਮਿੰਟਾਂ ਦੀ ਰੈਸਟ ਦਵਾਵਾਂਗੇ ਬੇਸਣ ਨੂੰ। ਆਪਾਂ ਇਸ ਤਰ੍ਹਾਂ ਹੀ ਬੇਸਣ ਨੂੰ ਰੱਖ ਲੈਂਦੇ ਹਾਂ ਜੀ। 10 ਮਿੰਟਾਂ ਬਾਅਦ ਆਪਾਂ ਫਿਰ ਤੁਹਾਨੂੰ ਬੂੰਦੀ ਬਣਾ ਕੇ ਦਿਖਾਉਂਦੇ ਹਾਂ। ਲਓ ਜੀ, 10 ਮਿੰਟ ਹੋ ਗਏ ਨੇ ਆਪਾਂ ਨੂੰ ਬੇਸਣ ਨੂੰ ਰੈਸਟ 'ਤੇ ਰੱਖੇ ਹੋਏ। ਅਤੇ ਜੇ ਆਪਾਂ ਨੂੰ ਇਹਦੇ ਵਿੱਚ ਗਾੜਾਪਣ ਲੱਗਿਆ ਥੋੜ੍ਹਾ ਜਿਹਾ, ਆਪਾਂ ਇੱਕ ਅੱਧਾ ਚਮਚਾ ਇਹਦੇ ਵਿੱਚ ਪਾਣੀ ਦਾ ਹੋਰ ਪਾ ਸਕਦੇ ਹਾਂ, ਪਰ ਨਹੀਂ ਆਪਣਾ ਬੇਸਣ ਬਿਲਕੁਲ ਹੈਗਾ ਜੀ ਰੈਡੀ। ਦੇਖੋ ਇਹਦੀ ਇਸ ਤਰ੍ਹਾਂ ਵਿੱਚ ਬਿਲਕੁਲ ਇਹਦੀ ਤਾਰ ਨਹੀਂ ਟੁੱਟਣੀ ਚਾਹੀਦੀ, ਐਵੇਂ ਦਾ ਹੀ ਆਪਾਂ ਨੂੰ ਬੇਸਣ ਚਾਹੀਦਾ ਸੀਗਾ। ਇੱਕ ਕੌਲੀ ਲੈਤੀ ਸੀ ਆਪਾਂ ਬੇਸਣ ਦੀ ਅਤੇ ਇੱਕ ਕੌਲੀ ਲੈਤੀ ਸੀ ਆਪਾਂ ਪਾਣੀ ਦੀ। ਆਪਣੇ ਅੱਧੀ ਕੌਲੀ ਪਾਣੀ ਦੀ ਲੱਗੀ ਹੈ ਅਤੇ ਅੱਧੀ ਕੌਲੀ ਆਪਣਾ ਪਾਣੀ ਬਚ ਗਿਆ। ਅਤੇ ਹੁਣ ਆਪਾਂ 2 ਇਸ ਤਰ੍ਹਾਂ ਦੀਆਂ ਲਵਾਂਗੇ ਝਾਰੀਆਂ, ਇੱਕ ਬੂੰਦੀ ਨੂੰ ਕੱਢਣ ਵਾਸਤੇ ਅਤੇ ਇੱਕ ਇਹਦੇ ਵਿੱਚ ਆਪਾਂ ਕੱਢਾਂਗੇ ਬੂੰਦੀ। ਲਓ ਜੀ, ਪਹਿਲਾਂ ਆਪਾਂ ਆਪਣਾ ਤੇਲ ਚੈੱਕ ਕਰ ਲੈਂਦੇ ਹਾਂਗੇ। ਲਓ ਜੀ, ਆਪਾਂ ਕਰ ਲੈਂਦੇ ਹਾਂ ਆਪਣਾ ਤੇਲ ਚੈੱਕ, ਇੱਕ ਇਹਦੇ ਵਿੱਚ ਪਾ ਕੇ ਦੇਖ ਲੈਂਦੇ ਹਾਂ ਬੂੰਦੀ। ਤੇਲ ਹਜੇ ਆਪਣਾ ਘੱਟ ਗਰਮ ਹੋਇਆ, ਮਾੜਾ ਤੇਲ ਗੈਸ ਕਰ ਦਿੰਦੇ ਹਾਂ ਆਪਾਂ ਹਲਕਾ ਜਿਹਾ। ਲਓ ਜੀ, ਤੇਲ ਹੋ ਗਿਆ ਆਪਣਾ ਗਰਮ ਅਤੇ ਆਪਾਂ ਝਾਰਨੀ ਦੇ ਵਿੱਚ ਇਸ ਤਰ੍ਹਾਂ ਥੋੜ੍ਹਾ ਥੋੜ੍ਹਾ ਕਰਕੇ ਪਾਵਾਂਗੇ।
ਲਓ ਜੀ ਆਪਾਂ ਇਹਨੂੰ ਗੋਲਡਨ ਬਰਾਊਨ ਹੋਣ ਤੱਕ ਇਹਨੂੰ ਪਕਾ ਲੈਂਦੇ ਹਾਂਗੇ। ਬੂੰਦੀ ਤੁਸੀਂ ਦੇਖੋ ਬਿਲਕੁਲ ਗੋਲ ਗੋਲ ਬੂੰਦੀ ਬਣੀ ਆ ਆਪਣੀ। ਲਓ ਜੀ ਆਪਾਂ ਇਸ ਤਰ੍ਹਾਂ ਸਾਰੀ ਬੂੰਦੀ ਕੱਢ ਕੇ ਤਿਆਰ ਕਰ ਲਾਂਗੇ। ਦੇਖੋ ਤੁਸੀਂ ਕਿੰਨੀ ਵਧੀਆ ਗੋਲ ਬੂੰਦੀ ਆਪਣੀ ਬਣ ਕੇ ਤਿਆਰ ਹੋ ਗਈ, ਬਿਲਕੁਲ ਗੋਲ ਬਣੀ ਹੈ, ਬਿਲਕੁਲ ਬਾਜ਼ਾਰ ਵਰਗੀ। ਇਸੇ ਤਰ੍ਹਾਂ ਆਪਾਂ ਸਾਰੀ ਬੂੰਦੀ ਪਹਿਲਾਂ ਤਿਆਰ ਕਰ ਲੈਣੀ ਹੈ, ਫਿਰ ਆਪਾਂ ਤੁਹਾਨੂੰ ਦਿਖਾਉਂਦੇ ਹਾਂ। ਜੀ ਆਪਾਂ ਜਿਹੜੀ ਬੂੰਦੀ ਸੀ ਸਾਰੀ ਬਣਾ ਕੇ ਤਿਆਰ ਕਰ ਲਿੱਤੀ ਹੈ, ਕਿੰਨੀ ਸੋਹਣੀ ਬੂੰਦੀ ਬਣੀ ਹੈ। ਅਤੇ ਇੱਕ ਕੌਲੀ ਬੇਸਣ ਦੇ ਵਿੱਚ ਥਾਲ ਭਰ ਕੇ ਬੂੰਦੀ ਆਪਣੀ ਤਿਆਰ ਹੋ ਗਈ ਹੈ। ਗਰਮੀਆਂ ਦੇ ਵਿੱਚ ਆਪਾਂ ਕਿਵੇਂ ਮਰਜ਼ੀ ਇਹਨੂੰ ਵਰਤ ਸਕਦੇ ਹਾਂ, ਕਿਵੇਂ ਮਰਜ਼ੀ ਆਪਾਂ ਇਹਨੂੰ ਸਟੋਰ ਕਰਕੇ ਰੱਖ ਸਕਦੇ ਹਾਂ ਕਿੰਨੇ ਮਰਜ਼ੀ ਚਿਰ ਵਾਸਤੇ। ਕੋਈ ਬੂੰਦੀ ਖਰਾਬ ਨਹੀਂ ਹੁੰਦੀ ਕਿਉਂਕਿ ਆਪਾਂ ਫਰੈਸ਼ ਤੇਲ ਦੇ ਵਿੱਚ ਬਣਾਈ ਹੈ ਅਤੇ ਫਰੈਸ਼ ਹੀ ਆਪਣੇ ਕੋਲ ਬੇਸਣ ਸੀ। ਕੋਈ ਆਪਣਾ ਕੋਲ ਆਪਾਂ ਐਂ ਨਹੀਂ ਹੈਗਾ ਜੀ ਵੀ ਦੋ ਤਿੰਨ ਵਾਰ ਤੇਲ ਦੇ ਵਿੱਚ ਕੋਈ ਚੀਜ਼ ਫਰਾਈ ਕੀਤੀ ਹੋਵੇ ਅਤੇ ਫਿਰ ਦੁਬਾਰਾ ਤੋਂ ਬੂੰਦੀ ਇਹਦੇ ਵਿੱਚ ਫਰਾਈ ਕੀਤੀ ਹੋਵੇ ਤਾਂ ਇਹਦੇ 'ਚੋਂ ਸਮੈਲ ਆਉਣ ਲੱਗ ਜਾਂਦੀ ਹੈ। ਫਰੈਸ਼ ਹੀ ਤੇਲ ਸੀ ਆਪਣਾ। ਅਤੇ ਦੇਖੋ ਤੁਸੀਂ ਬੂੰਦੀ ਬਿਲਕੁਲ ਗੋਲ ਅਤੇ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈਗੀ, ਤੁਸੀਂ ਦੇਖ ਸਕਦੇ ਹੋਗੇ ਬਿਲਕੁਲ। ਦੇਖੋ ਤੁਸੀਂ ਵੀ ਇਸ ਤਰ੍ਹਾਂ ਬੂੰਦੀ ਬਣਾ ਕੇ ਘਰ ਵਿੱਚ ਤਿਆਰ ਕਰ ਸਕਦੇ ਹੋਗੇ। ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡੀ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਸਬਸਕ੍ਰਾਈਬ ਕਰਿਓ। ਥੈਂਕ ਯੂ।